ਇਹ ਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹੁਣੇ-ਹੁਣੇ ਸਿੱਧਾ 250 ਰੁਪਏ ਮਹਿੰਗੀ ਹੋਈ ਇਹ ਚੀਜ਼ ਲੋਕਾਂ ਨੂੰ ਲੱਗੇਗਾ ਵੱਡਾ ਝਟਕਾ ਸੋ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਪੁੱਲਿਓ ਮਜ਼ਬੂਤ ਗਲੋਬਲ ਰੁਖ ਅਤੇ ਰੁਪਏ ਦੀ ਗरावट ਕਾਰਨ ਰਾਸ਼ਟਰੀ ਰਾਜਸਥਾਨੀ ਦੇ ਸਰਾਫਾ ਬਾਜ਼ਾਰ ਚੋਂ ਸੋਮਵਾਰ ਨੂੰ ਸੋਨੇ ਦੀ ਕੀਮਤ 255 ਰੁਪਏ ਵੱਧ ਕੇ 48431 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਈ ਆ ਐਚਡੀਐਫਸੀ ਸਿਕਿਉਰਿਟिज ਨੇ ਇਹ ਜਾਣਕਾਰੀ ਦਿੱਤੀ ਆ ਪਿਛਲੇ ਕਾਰੋਬਾਰੀ ਸੈਸ਼ਨ ਚੋਂ ਸੋਨਾ 48176 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਸੀ ਚਾਂਦੀ ਵੀ 180 ਰੁਪਏ ਦੇ ਵਾਅਦੇ ਨਾਲ 6064793 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਈ ਆ ਪਿਛਲੇ ਕਾਰੋਬਾਰੀ ਸੈਸ਼ਨ ਦੇ ਵਿੱਚ ਇਹ 64713 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਕਮਾਂਤਰੀ ਬਾਜ਼ਾਰ ਦੇ ਵਿੱਚ ਸੋਨਾ ਚੜ ਕੇ 1000 841 ਡਾਲਰ ਪ੍ਰਤੀ ਔਂਸ ਤੇ ਪਹੁੰਚ ਗਿਆ ਜਦਕਿ ਚਾਂਦੀ ਲਗਭਗ 24.25 ਡਾਲਰ ਪ੍ਰਤੀ ਔਂਸ ਤੇ ਰਹੀ ਹੈ ਐਚਡੀਐਫਸੀ ਸੈਕਿਉਰिटीज ਦੇ ਸੀਨੀਅਰ ਵਿਸ਼ਲੇਸ਼ਕ ਤੱਪਨ ਪਟੇਲ ਨੇ ਕਿਹਾ ਕਿ ਨਿਊਯਾਰਕ ਸਟੇਟ ਕਾਮੋਡੀਟੀ ਐਕਸਚੇਂਜ ਤੇ ਕਾਮੈਕਸ ਸੋਮਵਾਰ ਨੂੰ ਸਪਾਟ ਸੋਨੇ ਦੀਆਂ ਕੀਮਤਾਂ ਚ 0.32% ਵਧ ਕੇ 1841 ਡਾਲਰ ਪ੍ਰਤੀ ਔਂਸ ਹੋ ਗਈਆਂ ਹਨ ਜਿਸ ਨਾਲ ਸੋਨੇ ਦੀ ਕੀਮਤ ਮਜਬੂਤ ਹੋਈ ਹੈ ਰੁਪਇਆ 19 ਪੈਸੇ ਡਿੱਗ ਕੇ 74 ਰੁਪਏ 62 ਪੈਸੇ ਪ੍ਰਤੀ ਡਾਲਰ ਤੇ ਰਿਹਾ ਹੈ ਪੂਰ ਰਾਜਨੀਤਿਕ ਚਿੰਤਾਵਾਂ ਤੇ ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਤਿੱਖੀ ਗਿਰਾਵਟ ਦੇ ਵਿਚਕਾਰ ਵਿਦੇਸ਼ੀ ਮੁਦਰਾ ਬਾਜ਼ਾਰ ਤੋਂ ਵਾਪਸੀ ਕਾਰਨ ਵਿਦੇਸ਼ੀ ਮੁਦਰਾ ਬਾਜ਼ਾਰ ਸੋਮਵਾਰ ਨੂੰ ਰੁਪਇਆ ਅਮਰੀਕੀ ਮੁਦਰਾ ਦੇ ਮੁਕਾਬਲੇ 19 ਪੈਸੇ ਡਿੱਗ ਕੇ 74 ਰੁਪਏ 62 ਪੈਸੇ ਆਰਜੀ ਤੌਰ ਤੇ ਹੋ ਗਿਆ ਹੈ ਸੋ ਬਾਜ਼ਾਰ ਵਿਸ਼ਲੇਸ਼ਕਾਂ ਦਾ ਯਾਨਾਏ ਕੀ ਵਿਦੇਸ਼ੀ ਬਾਜ਼ਾਰਾਂ ਚੋਂ ਡਾਲਰ ਦੀ ਮਜ਼ਬੂਤੀ ਤੇ ਜੋਖਮ ਭਰੀ ਜਾਇਦਾਦ ਪ੍ਰਤੀ ਨਿਵੇਸ਼ ਧਾਰਕਾਂ ਧਾਰਨਾ ਕਮਜ਼ੋਰ ਹੋਣ ਤੇ ਵੀ ਰੁਪਇਆ ਗਰਾਵਟਾਈਆ ਵਪਾਰੀ ਬਾਜ਼ਾਰ ਦੇ ਹੋਰ ਸੰਕੇਤਾਂ ਲਈ 25 ਤੋਂ 26 ਜਨਵਰੀ ਨੂੰ ਹੋਣ ਵਾਲੀ ਫੈਡਰਲ ਰਿਜ਼ਰਵ ਦੀ ਮੀਟਿੰਗ ਦੀ ਉਡੀਕ ਕਰ ਰਹੇ ਹਨ ਧੰਨਵਾਦ